सत्रु सचिव पातशाह जी ने वचन आख्या है कि ऐ मनुख तुम अगर अपना मुख उजला लेकर के उस अकाल पुरख की कचहरी में जाना चाहता है तो उस हुक्म मुताबक अपना जीवन बसर कर। असा भी इस दुनिया तो चलिया जाना है जिवें ठीक सानू सदीवी विछोड़ा दिखी गए हैं ठीक उस तरह असा भी इस दुनिया तो चलिया जाना है। सतगुरु सच्चे पातशाह जी रहमत बख्शिश कर विछड़ी हुई आत्मा में सदीवी काल वास्ते आवागमन के चक्कर में मुक्त करके अपने चरणों में जगह दे और पिछे समूह परिवार रिश्तेदार साथ संबंधी सबना अपने पहाड़े अंदर जीवन बसर करने की सोझी प्रदान कर। कीर्तन की समाप्ति है। हम आपकी सेवा में साढ़े अति सत्कार योग पंथ के महान कथावाचक ज्ञानी सरजीत सिंह जी कुछ घड़िया वास्ते आप शब्द की विचार साझी करना करेंगे। आप तेना पास बड़े अति सत्कार सहित शब्द की विचार साझी करना करो। दासियां नूं कृपा बख्शिश करो। फतेह प्रमान प्रभु जी वाहिगुरु जी का खालसा वाहिगुरु जी की फतेह। गुरु साहिब जीओ कबीर काल करंता अभय कर अब करता सोयताल पाछे कछु न होएगा जो सर पर आवे काल काले दब परम सन्मान जो शतर चवर तख्त दिमालक साहब सतगुरु धन श्री गुरु ग्रंथ साहब महाराज जी की पावन पवित्र हजूरी के अंदर सुभायमान गुरु प्यारे गुरु सवारे सत संगी जन अज आप जी सारे सत्कारयोग माता बलवंत कौर जी जो उस मालिक के हुक्म सदड़े अनुसार परिवार को सदीवी विछोड़ा दे गए तिना की रूह कल्याणता आत्मक शांति और परिवार नाल हमदर्दी रखद्या होया गुरु बख्शी मर्यादा अनुसार गुरु चरणा विच अरदास बेनती करन वास्ते इकत्र होए हो। आओ जिथे आप जी ने गुरु सवारे कीर्तनियां पासों इलाही बाणी का कीर्तन सरवण किया उत्थे कुछ मिनट आप शब्द की विचार नाल जुड़न का यत्न करना करो। कृपा विचार की प्रारंभता करने तो पहला गुरु बख्शी फतेह प्रवान करो। सारे पक्षों की वाहिगुरु जी का खालसा वाहिगुरु जी की फतेह। आप जी ने हमने जो इलाही बाणी का शब्द सरवण किया कीर्तन रूप के अंतला शब्द पढ़िया गया तेरा हुक्म भला तुद पावै नानक ताको मिले बड़ाई सचे नाम समान रहा। इशारे बेनवंत नानक गुरचरण लागे वाजे अनमत दूरे वाहिगुरु जी का खालसा वाहिगुरु जी की फतेह। ठाकुर ਸਤਿ ਸ਼੍ਰੀ ਅਕਾਲ ਪਾਤਸ਼ਾਹ ਜੀ ਕਾਲ ਚਰਨਾ ਅਰਦਾਸ ਬੇਨਤੀ ਜੋਦੜੀ
ਹਰਦਰ ਦੀਪਾਲ ਸਰਦਾਰ ਮਾਤਾ ਬਲਵੰਤ ਕੌਰ ਸਮੱਗਰੀ ਸਰਦਾਰ ਅਮਰ ਸਿੰਘ ਪਾਤਸ਼ਾਹ ਜੀ ਵੀ ਕਾਲ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਸੰਸਾਰ ਤੇ ਯਾਤਰਾ ਕਰਦੇ ਇਸ ਸੰਸਾਰ ਦੇ ਉੱਪਰ ਲੋਕ ਬਣਦੇ ਹਨ ਉਹਨਾਂ ਦੀ ਰੂਹ ਕਲਿਆਣ ਵਾਸਤੇ ਅਰਦਾਸ ਬੇਨਤੀ ਕਰਦੇ ਪਰਿਵਾਰ ਅਤੇ ਸੰਗਤਾਂ ਦੇ ਮਿਲ ਕਰਕੇ ਕਾਮਨਾ ਜੁਰੀ ਚ ਗੁਰਮੁਖ ਦੇ ਦੁਆਰ ਸਜਾਏ ਸੱਜੇ ਦੁਆਰ ਚ ਰਾਹੀ ਕਰਨ ਦੇ ਕੀਰਤਨ ਗੁਰਮੁਖ ਵਿਚਾਰਾ ਨਾਮ ਸਾਹਿਬ ਦੀ ਜਾਪ ਹੋਏ ਉਹਨਾਂ ਗੁਰਾਂ ਦਰਤੀਆਂ ਤੋਂ ਮਾਫ਼ੀ ਬਖਸ਼ਣਾ ਜੀ ਅੱਗੇ ਵਾਸਤੇ ਸਾਕਸ਼ ਨੇ ਕ੍ਰਿਸ਼ਨ ਬਾਣੀ ਦਾ ਭਾਵ ਸਮੂਹ ਪੁਰਾਣ ਸੰਗਤਾਂ ਦੇ ਹਿਰਦੈ ਦਰਸਾਉਣਾ ਪਿਛਲੀ ਰੂਹ ਨੂੰ ਸਦੀਵ ਕਾਲ ਆਪਣੇ ਚਰਨ ਕਰਨਾ ਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸੰਬੰਧੀਆਂ ਨੂੰ ਰਜਾਮ ਦਾ ਰਾਜੀ ਰਹਿਣ ਦਾ ਬਖਸ਼ਣਾ ਦੁੱਖਾਂ ਤੇ ਸਰਾਸ ਕਰਕੇ ਸੁੱਖਾਂ ਦਾ ਪ੍ਰਕਾਸ਼ ਸੇਵਾ ਸੰਬੰਧੀ ਰਾਤਾਂ ਬਖਸ਼ ਕਰਨੀਆਂ ਸੁਲਤਾਨ
Yeah.
ਖਾਲਸਾ ਸਾਹਿਬ ਜੀ ਜਿਹੜੇ ਬੈਠੇ ਹਾਂ ਸਹਿਬਾਨ ਅੰਦਰ ਅਗੰਭੀ ਬੱਚੀ ਉਸ ਬਾਤ ਨੂੰ ਯਾਦ ਕਰ ਰਹੇ ਐਸੇ ਉਸ ਪਰੀ ਗੁਰੂ ਪਰਮਾਤਮਾ ਅਕਾਲ ਪੁਰਖ ਕਰਕੇ ਵੀ ਨਿੱਘੀ ਗੁਰੂ ਸਟੋਰ ਕੇ ਬੈਠੇ ਹਾਂ ਜਿਸ ਮਾਲਕ ਨੇ ਰਹਿਮਤ ਕਰਕੇ ਬਖਸ਼ਿਸ਼ ਕਰਕੇ ਸਾਨੂੰ ਉਹਨਾਂ ਨੂੰ ਸਾਰਿਆਂ ਇਹ ਜੀਵਨ ਬਖਸ਼ਿਸ਼ ਕੀਤਾ ਹੈ। ਇਹ ਜੀਵਨ ਉਸ ਮਾਲਕ ਦੀ ਰਹਿਮਤ ਹੈ, ਬਖਸ਼ਿਸ਼ ਹੈ ਔਰ ਅਮਾਨਤ ਹੈ। ਜਦੋਂ ਉਹ ਚਾਹੁੰਦਾ ਹੈ ਆਪਣੀ ਇਹ ਅਮਾਨਤ ਵਾਪਸ ਲੈ ਆਉਂਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਜੋ ਉਪਜੋ ਸੋ ਬਿਰਸ ਹੈ ਪਰੋ ਆਜ ਹੈ ਪਾਰ। ਜੋ ਕੁਝ ਵੀ ਇਸ ਧਰਤੀ ਉੱਪਰ ਪੈਦਾ ਹੋਇਆ ਹੈ ਸਭ ਨੇ ਇੱਕ ਦਿਨ ਇਸ ਦੁਨੀਆਂ ਤੋਂ ਚਲਿਆ ਜਾਣਾ, ਪਰ ਜਿੰਨੇ ਸਾਹ ਜਿੰਨੀ ਜ਼ਿੰਦਗੀ ਸਾਨੂੰ ਉਸ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਹਦਾਇਤ ਹੈ ਉਸ ਅਕਾਲ ਪੁਰਖ ਦੀ, ਜਾਂ ਰਹਿਣਾ ਨਾ ਹੀ ਐਤ ਜਗ ਅਕਾਇਤ ਦਾ ਮੰਡੀ ਹੈ। ਪੜ ਅੱਖਰ ਇਹੋ ਬੂਝੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਆਖਿਆ ਹੈ ਕਿ ਇਹ ਮਨੁੱਖ ਤੂੰ ਅਗਰ ਆਪਣਾ ਮੁੱਖ ਉਜਲਾ ਲੈ ਕਰਕੇ ਉਸ ਅਕਾਲ ਪੁਰਖ ਦੀ ਕਚਹਿਰੀ ਵਿੱਚ ਜਾਣਾ ਚਾਹੁੰਦਾ ਹੈ ਤੇ ਉਹਦੇ ਹੁਕਮ ਮੁਤਾਬਕ ਆਪਣਾ ਜੀਵਨ ਬਸਰ ਕਰ। ਅਸਾਂ ਵੀ ਇਸ ਦੁਨੀਆਂ ਤੋਂ ਚਲਿਆ ਜਾਣਾ ਹੈ, ਜਿਵੇਂ ਠੀਕ ਸਾਨੂੰ ਸਦੀਵੀ ਵਿਛੋੜਾ ਦਿੱਤੀ ਗਏ ਹਨ, ਠੀਕ ਉਸੇ ਤਰ੍ਹਾਂ ਅਸਾਂ ਵੀ ਇਸ ਦੁਨੀਆਂ ਤੋਂ ਚਲਿਆ ਜਾਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮ ਬਖਸ਼ਿਸ਼ ਕਰ ਵਿਛੜੀ ਹੋਈ ਆਤਮਾ ਨੂੰ ਸਦੀਵੀ ਕਾਲ ਵਾਸਤੇ ਆਵਾਗਮਨ ਦੇ ਚੱਕਰ ਵਿੱਚ ਮੁਕਤ ਕਰਕੇ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ ਔਰ ਪਿੱਛੇ ਸਮੂਹ ਪਰਿਵਾਰ ਰਿਸ਼ਤੇਦਾਰ ਸਾਥ ਸੰਬੰਧੀ ਸਭਨਾਂ ਨੂੰ ਆਪਣੇ ਪਹਾੜੇ ਅੰਦਰ ਜੀਵਨ ਬਸਰ ਕਰਨ ਦੀ ਸੋਝੀ ਪ੍ਰਦਾਨ ਕਰ। ਕੀਰਤਨ ਦੀ ਸਮਾਪਤੀ ਹੈ। ਹੁਣ ਆਪ ਦੀ ਸੇਵਾ ਵਿੱਚ ਸਾਡੇ ਅਤਿ ਸਤਿਕਾਰਯੋਗ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਜੀ ਕੁਝ ਘੜੀਆਂ ਵਾਸਤੇ ਆਪ ਨਾਲ ਸ਼ਬਦ ਦੀ ਵਿਚਾਰ ਸਾਂਝੀ ਕਰਨਾ ਕਰਨਗੇ। ਆਪ ਦਿਨਾਂ ਪਾਸੋਂ ਬੜੇ ਅਦਬ ਸਤਿਕਾਰ ਸਾਹਿਬ ਸ਼ਬਦ ਦੀ ਵਿਚਾਰ ਸਾਨੂੰ ਕਰਨਾ ਕਰੋ, ਦਾਸਿਆਂ ਨੂੰ ਕਿਵੇਂ ਬਖਸ਼ਿਸ਼ ਕਰੋ। ਫਤਿਹ ਪ੍ਰਮਾਤਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਕਰਤਾ ਸੋਇਤਾਲ ਪਾਛੈ ਕਛੂ ਨ ਹੋਏਗਾ, ਜੋ ਸਰ ਪਰ ਆਵੈ ਕਾਲ ਕਾਲੇ ਦਾ ਪਰਮ ਸਨਮਾਨ ਜੋ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨ, ਅੱਜ ਆਪ ਜੀ ਸਾਰੇ ਸਤਿਕਾਰਯੋਗ ਮਾਤਾ ਬਲਵੰਤ ਕੌਰ ਜੀ ਜੋ ਉਸ ਮਾਲਕ ਦੇ ਹੁਕਮ ਸਦੜੇ ਅਨੁਸਾਰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ, ਜਿਨ੍ਹਾਂ ਦੀ ਰੂਹ ਕਲਿਆਣਤਾ ਆਤਮਕ ਸ਼ਾਂਤੀ ਔਰ ਪਰਿਵਾਰ ਨਾਲ ਹਮਦਰਦੀ ਰੱਖਦਿਆਂ ਹੋਇਆਂ ਗੁਰੂ ਬਖਸ਼ੀ ਮਰਿਆਦਾ ਅਨੁਸਾਰ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਇਕੱਤਰ ਹੋਏ ਹੋ। ਆਓ ਜਿੱਥੇ ਆਪ ਜੀ ਨੇ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ, ਉੱਥੇ ਕੁਝ ਮਿੰਟ ਆਪਾਂ ਸ਼ਬਦ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰਨਾ। ਕਰੋ ਕਿਰਪਾ, ਵਿਚਾਰਾਂ ਦੀ ਪ੍ਰਾਰਥਨਾ ਕਰਨ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਸਾਰੇ ਪਾਤੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਹੁਣੇ ਜੋ ਇਲਾਹੀ ਬਾਣੀ ਦਾ ਸ਼ਬਦ ਸਰਵਣ ਕੀਤਾ, ਕੀਰਤਨ ਰੂਪ ਦੇ ਵਿੱਚ ਅੰਤਲਾ ਸ਼ਬਦ ਪੜ੍ਹਿਆ ਗਿਆ, ਤੇਰਾ ਹੁਕਮ ਭਲਾ ਤੁਧ ਭਾਵੈ, ਨਾਨਕ ਤਾਕੋ ਮਿਲੈ ਵਡਾਈ, ਸੱਚੇ ਨਾਮ ਸਮਾਨ ਰਹਾ। ਇਹ ਸ਼ਬਦ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦਾ ਉਚਾਰਨ ਕੀਤਾ,
ਆਸਾ ਰਾਗ ਦੇ ਅੰਦਰ ਤਾਂ ਤਰਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 359 ਦੇ ਉੱਪਰ ਸੁਭਾਵਾਨ ਚਾਰ ਪਦੇ ਦੇ ਸ਼ਬਦ ਦੇ ਰਹਾਉ ਦੇ ਬੰਦ ਨੂੰ ਤੇਗ ਬਣਾ ਕੇ ਵਾਰ ਵਾਰ ਆਪ ਜੀ ਨੂੰ ਸਰਵਣ ਕਰਵਾਇਆ ਜਾ ਰਿਹਾ ਸੀ। ਤੇਰਾ ਹੁਕਮ ਭਲਾ ਤੁਧ ਪਾਵ ਮਹਾਰਾਜ ਕਹਿੰਦੇ ਆ ਦਾਦਾ ਜਿਹੜੇ ਤੈਨੂੰ ਪਿਆਰੇ ਲੱਗਣ ਲੱਗ ਜਾਂਦੇ ਆ ਉਹਨਾਂ ਨੂੰ ਫਿਰ ਤੇਰੀ ਰਜ਼ਾ ਤੇਰਾ ਹੁਕਮ ਤੇਰਾ ਭਾਣਾ ਮਿੱਠਾ ਲੱਗਣ ਲੱਗ ਜਾਂਦਾ। ਜਿਹੜੇ ਤੈਨੂੰ ਪਾ ਜਾਂਦੇ ਆ ਜਿਹੜੇ ਤੈਨੂੰ ਪਿਆਰੇ ਲੱਗਦੇ ਆ ਉਹਨਾਂ ਨੂੰ ਫਿਰ ਤੇਰਾ ਹੁਕਮ ਪਾਉਂਦਾ ਹੈ। ਤੂੰ ਜੋ ਵੀ ਕਰਦਾ ਹੈ ਉਹ ਦੋਨੇ ਹੱਥ ਜੋੜ ਕੇ ਆਖਦੇ ਨੇ ਆਪੇ ਹਰੇ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਔਰ ਦੂਸਰੀ ਬਾਤ ਜਦੋਂ ਅਸੀਂ ਭਾਣੇ ਦੀ ਹੁਕਮ ਦੀ ਬਾਤ ਕਰਦੇ ਹਾਂ ਕਿਉਂਕਿ ਪੰਕਤੀ ਜੋ ਪੜ੍ਹੀ ਗਈ ਮਹਾਰਾਜ ਨੇ ਗੁਰਬਾਣੀ ਦੇ ਅੰਦਰ ਇਹ ਵੀ ਬਚਨ ਲਿਖਿਆ ਵੀ ਸਾਹਿਬ ਤੇਰਾ ਜਿਹੜਾ ਭਾਣਾ ਹੈ ਨਾ ਤੇਰਾ ਹੁਕਮ ਹੈ ਉਹ ਦੁਨਿਆਵੀ ਜੀਵ ਦੇ ਵੱਸ ਦੀ ਬਾਤ ਨਹੀਂ ਹੈ ਬੜਾ ਵਿਖਮ ਹੈ ਉਹਦੇ ਵਾਸਤੇ ਮਨਾ ਵੀ ਉਹਦੇ ਜੀਵਨ ਵਿੱਚ ਕੁਝ ਵੀ ਹੋ ਜਾਏ ਤੂੰ ਫਿਰ ਵੀ ਆਖੇ ਵੀ ਮਾਲਕ ਮੈਂ ਤੇਰਾ ਧੰਨਵਾਦ ਕਰਦਾ ਹਾਂ ਮੈਂ ਤੇਰੇ ਹੁਕਮ ਵਿੱਚ ਜੋ ਤੂੰ ਕੀਤਾ ਹੈ ਅਤੇ ਮੈਂ ਤੇਰੀ ਇਸ ਰਜ਼ਾ ਨੂੰ ਸੱਤ ਕਰਕੇ ਮੰਨਦਾ ਹੈ। ਆਖਿਆ ਮਹਾਰਾਜ ਮਨੁੱਖ ਦੇ ਵਾਸਤੇ ਜੀਵ ਦੇ ਵਾਸਤੇ ਬੜਾ ਔਖਾ ਗੁਰਬਾਣੀ ਦੀ ਪੰਕਤੀ ਹੈ ਕਹਿੰਦੇ ਮਾਲਕ ਜੀ ਸੁਹੇਲਾ ਕਹਿਣ ਕਹਾਵਣ ਤੇਰਾ ਵਿਖਮ ਭਾਵਣ ਕਹਿੰਦੇ ਕਹਿਣਾ ਕਹਾਉਣਾ ਇਹ ਬਾਤਾਂ ਸੁੱਖੀਆਂ ਨੇ ਲੇਕਿਨ ਤੇਰਾ ਭਾਣਾ ਤੇਰਾ ਹੁਕਮ ਜਿਹੜਾ ਹੈ ਉਹ ਬੜਾ ਵਿਖਮ ਹੈ। ਪਰ ਨਾਲ ਹੀ ਫਿਰ ਇੱਕ ਬਾਤ ਹੋਰ ਕਹਿ ਕਹਿੰਦੇ ਦਾਤਾ ਜੀ ਦੇ ਉੱਤੇ ਤੁਸੀਂ ਰਹਿਮਤ ਕਰਦੇ ਹੋ ਜਿਹਨੂੰ ਅੰਤਰ ਦੀ ਸ਼ਕਤੀ ਦੇਵੋ ਇੱਕ ਤਾਂ ਆਪਾਂ ਬਾਹਰ ਅਭਾਸ ਬਣਾਉਂਦੇ ਹਾਂ ਜਿਵੇਂ ਆਪ ਦੋਸਤ ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੋਏ ਇੱਕ ਤਾਂ ਆਪਾਂ ਬਾਹਰ ਅਭਾਸ ਬਣਾਉਂਦੇ ਹਾਂ ਸ਼ਬਦਾਂ ਦੇ ਰਾਹੀਂ ਪਰ ਇੱਕ ਜਿਹੜੀ ਅਟਰਨਲ ਪਾਵਰ ਹੈ ਨਾ ਅੰਤਰੀਪ ਦੀ ਜਿਹੜੀ ਸ਼ਕਤੀ ਹੈ ਉਹ ਜਦੋਂ ਮਾਲਕ ਬਖਸ਼ਿਸ਼ ਕਰਦਾ ਉਹ ਜਾਗਦੀ ਹੈ ਉਹ ਤਾਕਤ ਮਿਲਦੀ ਹੈ ਅਤੇ ਮਹਾਰਾਜ ਬਾਣੀ ਦੁਆਰਾ ਕਹਿੰਦੇ ਜੋ ਮੰਦਰ ਕੋ ਥਾਮੇ ਥੰਮਣ ਤਿਉਂ ਗੁਰ ਕਾ ਸ਼ਬਦ ਮਨੇ ਅਸਥੰਭਣ ਕਹਿੰਦੇ ਜਿਵੇਂ ਛੱਤ ਨੂੰ ਪਿੱਲਰਾਂ ਦੇ ਸਿਰ ਦੇ ਉੱਤੇ ਟਿਕਾਇਆ ਜਾਂਦਾ ਉਹਦੇ ਉੱਤੇ ਰੱਖੀ ਹੋਈ ਛੱਤ ਜਿਹੜੀ ਉਹਨੂੰ ਆਸਰਾ ਮਿਲਦਾ ਇਸ ਤਰ੍ਹਾਂ ਢਹਿੰਦੇ ਹੋਏ ਮਨ ਨੂੰ ਗੁਰੂ ਦੇ ਸ਼ਬਦ ਦਾ ਆਸਰਾ ਹੈ। ਔਰ ਫਿਰ ਅਸੀਂ ਜਿਸ ਸੰਬੰਧ ਵਿੱਚ ਜੁੜ ਬੈਠੇ ਹਾਂ ਮਾਤਾ ਬਲਵੰਤ ਕੌਰ ਜੀ ਹੁਣਾਂ ਦੀ ਯਾਦ ਵਿੱਚ ਦੱਸਿਆ ਪਰਿਵਾਰ ਨੇ ਮਾਂ ਦਾ ਤੇ ਰਿਸ਼ਤਾ ਹੀ ਵੇਖੋ ਇੱਕ ਐਸਾ ਹੈ ਪਰਮੇਸ਼ੁਰ ਨੇ ਬਣਾਇਆ। ਪ੍ਰੋਫੈਸਰ ਮੋਹਨ ਸਿੰਘ ਜੀ ਹੁਣਾਂ ਦੀ ਆਪ ਜੀ ਨੇ ਉਹ ਪੰਕਤੀਆਂ ਪੜ੍ਹੀਆਂ ਵੀ ਬੜੀਆਂ ਮਕਬੂਲ ਨੇ ਕਿ ਉਹ ਸੁੱਕਦੇ ਨਹੀਂ ਜਦੋਂ ਜੜ ਸੁੱਕੇ ਫਿਰ ਉੱਪਰਲੀ ਚੀਜ਼ ਸੁੱਕਦੀ ਪਰ ਕਹਿੰਦੇ ਇੱਥੇ ਉਲਟ ਹੁੰਦਾ ਹੈ ਕਹਿੰਦੇ ਮਾਂ ਵਾਲਾ ਜਿਹੜਾ ਇਹ ਬੂਟਾ ਨਾ ਜਿਹਨੂੰ ਮੈਂ ਬੂਟਾ ਆਖਿਆ ਇਹਦੇ ਕਹਿੰਦੇ ਇਹ ਸੁੱਕ ਜਾਂਦਾ ਜਦੋਂ ਕਿਹਦੇ ਕਿਤੇ ਫੁੱਲਾਂ ਜਾਂ ਪੱਤਿਆਂ ਨੂੰ ਮਾੜੀ ਜਿਹੀ ਤੱਤੀ ਵਾਹ ਵੀ ਲੱਗੇ ਤੇ ਬੂਟਾ ਮੁਰਝਾ ਜਾਂਦਾ ਸੁੱਕ ਜਾਂਦਾ। ਹੁਣ ਫੁੱਲ ਤੇ ਪੱਤਰ ਕਿਹਨਾਂ ਨੂੰ ਆਖਿਆ ਧੀਆਂ ਪੁੱਤਰ ਔਲਾਦ ਤੇ ਉਹ ਜਦੋਂ ਤੁਸੀਂ ਵੇਖੋਗੇ ਪੁੱਤ ਨੂੰ ਬੁਖਾਰ ਚੜਿਆ ਹੋਵੇ ਨਾ ਤੇ ਭੁੱਖ ਮਾਂ ਦੀ ਉੱਡ ਜਾਂਦੀ ਅੱਜ ਬੱਚੇ ਨੇ ਰੋਟੀ ਨਾ ਨਾ ਖਾਧੀ ਹੋਵੇ ਤੇ ਮਾਂ ਕਹਿੰਦੀ ਮੈਨੂੰ ਵੀ ਅੱਜ ਭੁੱਖ ਨਹੀਂ ਕਿਉਂਕਿ ਉਹ ਇੱਕ ਰਿਸ਼ਤਾ ਇਹੋ ਜਿਹਾ ਨਾਤਾ ਇਹੋ ਜਿਹਾ ਜੁੜਿਆ ਔਰ ਮਾਵਾਂ ਤਾਂ ਫਿਰ ਪਰਮੇਸ਼ਰ ਨੇ ਦਾਤ ਹੀ ਇਹੋ ਜਿਹੀ ਦਿੱਤੀ ਹੈ ਸਾਰੀ ਜ਼ਿੰਦਗੀ ਭਾਵੇਂ ਆਪ ਖੁੰਡੀ ਦੇ ਆਸਰੇ ਗੋਡਿਆਂ ਤੋਂ ਤੰਗ ਗੋਡੇ ਦੀਆਂ ਢਹਿੰਦੀਆਂ ਕਿਤੇ ਗੁਰੂ ਦੇ ਦਰ ਤੇ ਪਹੁੰਚਣ ਉਦਣ ਵੀ ਆ ਕੇ ਜੇ ਕੋਈ ਕਹਿੰਦਾ ਨਾ ਵੀ ਮਾਂ ਤੇਰੇ ਵਾਸਤੇ ਅਰਦਾਸ ਕਰੀਆਂ ਦੀ ਨਹੀਂ ਮੇਰਾ ਤਾਂ ਠੀਕ ਹੈ ਜਿਸ ਤਰ੍ਹਾਂ ਹੈ ਮੇਰੀ ਧੀ ਵਾਸਤੇ ਅਰਦਾਸ ਕਰੋ ਮੇਰੇ ਪੁੱਤ ਵਾਸਤੇ ਅਰਦਾਸ ਕਰੋ ਮੇਰੇ ਪੋਤਰਿਆਂ ਵਾਸਤੇ ਅਰਦਾਸ ਕਰੋ ਮੇਰੇ ਦੋਹਤਰਿਆਂ ਵਾਸਤੇ ਉਹ ਸਾਰੀ ਜ਼ਿੰਦਗੀ ਮਾਵਾਂ ਤਾਂ ਬੱਚਿਆਂ ਦੇ ਲਈ ਦੁਆਵੇਂ ਮੰਗਦੀਆਂ ਨੇ ਸਾਰੀ ਜ਼ਿੰਦਗੀ ਉਹਨਾਂ ਦਾ ਜੀਵਨ ਹੀ ਐਸਾ ਹੁੰਦਾ ਪਰ ਭਾਗਾਂ ਵਾਲੇ ਨੇ ਜੀਵਨ ਇਹ ਵੀ ਮੈਂ ਬੇਨਤੀ ਕਰਾਂ ਅੱਜ ਜਦੋਂ ਅਸੀਂ ਸਮਾਜ ਨੂੰ ਵੇਖ ਰਹੇ ਹਾਂ ਸਮਾਜ ਦੀ ਇਸ ਪੱਖ ਤੋਂ ਤਸਵੀਰ ਜਿਹੜੀ ਉਹ ਬੜੀ ਔਖੀ ਹੁੰਦੀ ਜਾ ਰਹੀ ਪਰ ਉਹ ਕਿਸ ਤਰ੍ਹਾਂ ਦੀ ਹੈ ਸਮਾਜ ਦੀ ਉਹ ਤਸਵੀਰ ਜਦੋਂ ਅਸੀਂ ਵੇਖਦੇ ਰੋਜ਼ਾਨਾ ਜੋ ਬਿਰਧ ਆਸ਼ਰਮ ਜਾਂ ਇਹੋ ਜਿਹੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਦੀਆਂ ਬਿਲਡਿੰਗ ਜੋ ਜਿੱਤਾਂ ਪ੍ਰਤੀ ਜੇ ਚਾਹੀਦੀ ਸੀ
ਉਹ ਬਿਰਧ ਆਸ਼ਰਮ ਵਿੱਚ ਜਾ ਰਹੇ, ਉਹਨਾਂ ਨੂੰ ਘਰ ਦੇ ਵਿੱਚੋਂ ਕੱਢਿਆ ਜਾ ਰਿਹਾ। ਔਰ ਸ਼ਾਇਦ ਤੁਸੀਂ ਖਿਮਾ ਕਰ ਦੇਣਾ, ਮੈਂ ਜੋ ਦੇਖਿਆ ਔਰ ਆਪ ਜੀ ਤੱਕੋਗੇ, ਜ਼ਿਆਦਾਤਰ ਉਹਨਾਂ ਥਾਵਾਂ 'ਤੇ ਬੜੇ ਸੰਪੰਨ ਘਰਾਣਿਆਂ ਦੇ ਮਾਤਾ ਪਿਤਾ ਜਿਹੜੇ ਆ ਨਾ, ਆਮ ਜਨ ਸਧਾਰਨ ਬੰਦਾ ਜੇ ਮਾਂ ਬਾਪ ਨੂੰ ਸੰਭਾਲ ਰਿਹਾ। ਮੈਂ ਦੋ ਚੀਜ਼ਾਂ ਦਾ ਕੰਪੈਰੀਜ਼ਨ ਆਪ ਜੀ ਦੇ ਸਾਹਮਣੇ ਰੱਖ ਕੇ ਸਮਾਪਤੀ ਕਰਾਂ। ਅਨਾਥ ਆਸ਼ਰਮ ਚਲੇ ਜਾਓ, ਯਤੀਮ ਖਾਨੇ ਚਲੇ ਜਾਓ, ਉੱਥੇ ਤੁਹਾਨੂੰ ਗਰੀਬ ਪਰਿਵਾਰਾਂ ਦੇ ਬੱਚੇ ਮਿਲਣਗੇ। ਪਰ ਖਿਮਾ ਕਰਨਾ, ਬਿਰਧ ਆਸ਼ਰਮ ਚਲੇ ਜਾਓ, ਬੜੀ ਬੜੀ ਰੋਇਲ ਫੈਮਿਲੀਜ਼ ਦੇ ਮਾਤਾ ਪਿਤਾ ਉੱਥੇ ਰੁਲਦੇ ਪਏ। ਉਹ ਜਦੋਂ ਇੰਟਰਵਿਊ ਕਰਦੇ ਆ ਨਾ, ਤੇ ਉਹ ਦੱਸਦਾ ਕੋਈ ਕਹਿੰਦੇ ਮੇਰਾ ਪੁੱਤਰ ਆਹ ਹੈ, ਮੈਂ ਇੰਨੀ ਜਾਇਦਾਦ ਆ, ਪਿੱਛੇ ਲੁਧਿਆਣੇ ਕੰਮ ਵਾਪਰਿਆ, ਪੁੱਤਰ ਦੀਆਂ ਬੱਸਾਂ ਚੱਲਦੀਆਂ ਨੇ, ਤੇ ਮਾਂ ਬਾਪ ਨੂੰ ਕਿਸੇ ਆਟੋ ਵਾਲੇ ਨੂੰ ਪੈਸੇ ਦਿੱਤੇ, ਆਖਿਆ ਜਿੱਥੇ ਵੇਲ ਜਾ ਵੇਖਿਆ ਕੋਈ ਨਾਮ ਇਹਦਾ, ਵੀ ਫੁੱਟਪਾਥ 'ਤੇ ਸੁੱਟ ਕੇ ਚਲਾ ਗਿਆ। ਐਸਾ ਕੁਝ ਹੈ, ਲੇਕਿਨ ਮਾਲਕ ਨੇ ਗੁਰਬਾਣੀ ਦੇ ਅੰਦਰ ਇਹ ਦਾ ਦਿੱਤੀ, ਜਿੱਥੇ ਸਾਨੂੰ ਬਾਣੀ ਪੜ੍ਹਨ ਦਾ, ਧਰਮ ਕਮਾਉਣ ਦਾ, ਦਾਨ ਪੁੰਨ ਕਰਨੇ ਸਾਰੇ ਕਾਰਜ ਆਪਾਂ ਕਰਦੇ ਹਾਂ, ਪਰ ਇਹ ਕਹਿੰਦੇ ਕੀਤਾ ਦਾਨ ਪੁੰਨ ਲਾਏ ਲੰਗਰ ਕਿਸੇ ਵੀ ਕੰਮ ਨਹੀਂ। ਇਸੇ ਕਰਕੇ ਅਸੀਸਾਂ ਗੁਰਬਾਣੀ ਵਿੱਚ ਮਾਤ ਪਿਤਾ ਨੂੰ ਸਾਹਿਬ ਨੇ ਪਰਮੇਸ਼ਰ ਦੀ ਥਾਂ 'ਤੇ ਰੱਖਿਆ, ਗੁਰੂ ਲਈ ਮਾਂ ਸ਼ਬਦ ਵਰਤਿਆ, ਪਿਤਾ ਸ਼ਬਦ ਵਰਤਿਆ। ਇਸੇ ਕਰਕੇ ਬੇਨਤੀ, ਜਿਨ੍ਹਾਂ ਨੂੰ ਵੀ ਮਾਲਕ ਨੇ ਘਰ ਵਿੱਚ ਇਹ ਦਾਤ ਦਿੱਤੀ ਹੈ, ਕਣ ਛਾਵੇਂ ਬੂਟੇ ਦਿੱਤੇ ਨੇ, ਰੱਜ ਕੇ ਉਹਨਾਂ ਦੀ ਸੇਵਾ ਕਰੋ, ਉਹਨਾਂ ਦੀਆਂ ਅਸੀਸਾਂ ਲਵੋ। ਇੱਕ ਮੌਕਾ ਹੁੰਦਾ ਹੈ, ਬਹੁਤ ਘੱਟ ਤਸਵੀਰ ਵੇਖੀ ਹੋਏਗੀ, ਮਾਂ ਗੋਦ ਵਿੱਚ ਪਾ ਕੇ ਬੱਚੇ ਨੂੰ ਦੁੱਧ ਪਿਆ ਰਹੀ ਹੈ, ਕਿਤੇ ਗੁਰਕੀਆਂ ਤੋੜ ਕੇ ਮੂੰਹ 'ਚ ਪਾ ਰਹੀ ਹੈ, ਪਰ ਬਹੁਤ ਵਿਰਲਾ ਇਹੋ ਜਿਹੀ ਤਸਵੀਰ, ਕਿਉਂਕਿ ਵੇਖੀ ਨਹੀਂ ਨਾ, ਚਿੱਤਰਕਾਰ ਨੇ ਵੀ ਬਣਾਈ ਵੀ ਕਿਤੇ ਬੁੱਢੀ ਮਾਂ ਨੂੰ ਪੁੱਤਰ ਜਿਹੜਾ ਇਸ ਤਰ੍ਹਾਂ ਕਲਾਵੇ ਵਿੱਚ ਲੈ ਕੇ ਅਤੇ ਮੁਰਗੀ ਤੋੜ ਕੇ ਮੂੰਹ ਵਿੱਚ ਪਾਉਂਦਾ ਹੋਵੇ। ਇੱਕ ਸਮਾਂ ਹੁੰਦਾ, ਅਸੀਂ ਕਰਜ਼ਦਾਰ ਹਾਂ ਜਿਨ੍ਹਾਂ ਦਾ ਸਦਕਾ ਇਹ ਸੰਸਾਰ ਵੇਖਿਆ, ਪਰ ਇੱਕ ਮੌਕਾ ਹੁੰਦਾ ਹੈ ਭਾਗਾਂ ਵਾਲੇ ਨੇ ਜਿਹੜੇ ਮਾਂ ਬਾਪ, ਤੁਹਾਡੇ ਧੀਰਜ ਦੀ ਬਾਤ ਹੈ, ਅਸੀਂ ਇੱਕ ਦੂਸਰੇ ਪ੍ਰਵਾਸ ਲਈ ਇਸੇ ਕਰਕੇ ਯਤਨ ਕਰੀਏ, ਜੇ ਇਸ ਭਾਵਨਾ ਨੂੰ ਲੈ ਕੇ ਚੱਲਾਂਗੇ ਨਾ। ਉਹਨਾਂ ਨੇ ਇਸ ਬਾਤ ਨੂੰ ਸਮਝਿਆ ਕਿ ਹਰ ਜਪਦਿਆਂ ਕਿਨ ਢਿੱਲ ਨਾ ਕੀਜੇ ਮੇਰੀ ਜਿੰਦੜੀ ਹੈ, ਮੱਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ। ਰਾਮ ਦੀ ਆਰਾਧਨਾ ਕਰੀਏ, ਇਬਾਦਤ ਕਰੀਏ, ਜਿਹਨੇ ਇਤਨੀ ਨਯਾਬ, ਇਤਨਾ ਅਮੋਲਕ ਜੀਵਨ ਦਿੱਤਾ, ਤਾਂ ਕਿ ਮਾਲਕ ਦੇ ਦਰ 'ਤੇ ਸਫਲਾ ਹੋ ਸਕੇ। ਗੁਰੂ ਕਿਰਪਾ ਕਰੇ, ਸਮੇਂ ਦੀ ਸਮਾਪਤੀ ਹੈ, ਸਤਿਗੁਰ ਰਹਿਮਤ ਕਰਨ ਜਿੱਥੇ ਉਸ ਵਿਛੜੀ ਹੋਈ ਮਾਂ ਦੀ ਆਤਮਾ ਸਤਿਗੁਰ ਸਦੀਪ ਘਰ ਦੀ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣ, ਉੱਥੇ ਜੋ ਮਾਤਾ ਜੀ ਹੋਣਾ ਦੀ ਪਿੱਛੇ ਫੁਲਵਾੜੀ ਹੈ, ਚਾਹੇ ਉਹਨਾਂ ਦਾ ਪੇਕੇ ਪਰਿਵਾਰ ਵਾਲਾ ਪਾਸਾ ਹੈ, ਚਾਹੇ ਜਿੱਥੇ ਉਹਨਾਂ ਦੇ ਪੁੱਤਰ ਨੇ, ਧੀਆਂ ਨੇ, ਅਗਲੀਆਂ ਪੀੜ੍ਹੀਆਂ ਨੇ, ਮਹਾਰਾਜ ਉਹਨਾਂ ਬੱਚਿਆਂ ਨੂੰ ਖੁਸ਼ੀਆਂ ਅਤੇ ਖੇੜੇ ਬਖਸ਼ਿਸ਼ ਕਰਕੇ, ਸਦਾ ਆਪਣੇ ਦਰ ਘਰ ਦਾ ਆਸਰਾ ਦੇ, ਆਪਣੇ ਦਰ ਘਰ ਦੀ ਪ੍ਰੀਤ ਔਰ ਪ੍ਰਤੀਤ ਬਖਸ਼ਿਸ਼ ਕਰਨ। ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰਨੀ ਹੈ ਕਿ ਮਾਲਕ ਜੀ ਭੁੱਲਣਹਾਰ ਹੈ, ਪਰ ਨਾਮ ਬਖਸ਼ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਅਨੰਦ ਕਿਉ ਅੰਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤੰਗਾ ਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਹਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਮਰ ਦੂਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਖਾਲਸਾ ਜੀ ਬੋਲੋ ਜੀ।
ਪੰਜਾਂ ਪਿਆਰਿਆਂ ਚੌਂ ਸਰਦਾਰਿਆਂ ਚਾਰੇ ਉੱਠੇ ਅੱਠਵੇਂ ਦੱਬੀਆਂ ਦੱਬੀਆਂ ਜਿਹਨਾਂ ਨਾਮ ਦੱਬਿਆ ਵੰਡ ਛੱਡਿਆ ਦੇਖ ਚਲਾਈ ਦੇਗ ਵਾਹ ਦੇਖ ਕੇ ਅੰਟ ਕੀਤਾ ਉਹਨਾਂ ਪਿਆਰਿਆਂ ਸਚਾਰਾਂ ਦੀ ਕਮਾਈ ਦਾ ਧਿਆਨ ਧਰਤੀ ਖਾਲਸਾ ਜੀ ਬੋਲੋ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਦੇ ਸਿੱਧੇ ਤੇ ਬਾਲਬਾਦ ਕਟਵਾਏ ਕੋਟਰੀਆਂ ਭਾਰੀਆਂ ਛੱਪੜੀਆਂ ਤੇ ਚੜ੍ਹੇ ਆਰਿਆਂ ਨਾਲ ਚਲਾਏ ਤੇ ਗੁਰਦੁਆਰਾਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਵੀ ਆ ਰਿਹਾ ਸੀ ਕੀ ਦੇਸਾਂ ਸਵਾਸਾਂ ਸੰਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰਤੀ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਤੀ ਖਾਲਸਾ ਜੀ ਬੋਲੋ ਜੀ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਸਰਬੱਤ ਖਾਲਸਾ ਜੀ ਵਾਹਿਗੁਰੂ 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 ਜਿੱਥੇ ਆਵਾ ਜਿੱਥੇ ਆਉਣ ਦਾ ਸਤਿਕਾਰ ਸਿਰ ਸੁਖ ਹੈ ਜਾਣ ਦਾ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਖਦੇ ਹੋ ਤੇ ਗੰਦਗੀ ਪੈ ਪੰਥ ਕੀ ਜੀਤ ਤੇਰੇ ਸਾਹਿਬ ਜੀ ਸਹਾਇ ਖਾਲਸਾ ਜੀ ਦੀ ਗੁਰਬਾਰ ਦੇ ਬੋਲੋ ਜੀ ਚਿੱਤਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵੇਖ ਦਾਨ ਸਾਦਾਨ ਗੁਰੂ ਸਾਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਕੇ ਰਾਖੇ ਆਪ ਵਾਹਿਗੁਰੂ ਤੇ ਅਕਾਲ ਪੁਰਖਾਂ ਦੀ ਸਦਾ ਸਹਾਇਤਾ ਜੋ ਸ੍ਰੀ ਰਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪਾਵਿਤ ਨੂੰ ਛੋੜਿਆ ਗਿਆ ਹੈ ਗੁਰੂ ਦਰਸ਼ਨ ਦਾਤ ਅਤੇ ਸੇਵਾ ਸੁਭਾਅ ਦਾ ਨਾਮ ਕਰੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਨ ਸਤਿਗੁਰੂ ਦੇ ਤਾਣਿਆਂ ਦੇ ਤਾਲ ਨੂੰ ਉੱਠਿਆ ਦੇ ਹੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਤ ਪਾਤਸ਼ਾਹ ਜੀ ਰਾਮ ਚਰਨਾ ਅਰਦਾਸ ਬੇਨਤੀ ਜੋਦੜੀ ਆਹ ਦਰਕਰ ਦੀ ਪ੍ਰੀਤਵਾਨ ਸਤਕਾਰ ਯੋਗ ਮਾਤਾ ਬਲਵੰਤ ਕੌਰ ਸਮੱਗਰੀ ਸਰਦਾਰ ਅਮਰ ਸਿੰਘ ਪਾਤਸ਼ਾਹ ਜੀ ਵੀ ਕਾਲ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ ਸੰਸਾਰ ਤੇ ਯਾਤਰਾ ਕਰਦੇ ਇਸ ਸੰਸਾਰ ਤੋਂ ਪਰਲੋਕ ਬਣ ਗਏ ਹਨ ਉਹਨਾਂ ਦੀ ਰੂਹ ਕਲਿਆਣ ਵਾਸਤੇ ਅਰਦਾਸ ਬੇਨਤੀ ਕਰਦੇ ਪਰਿਵਾਰ ਦੇ ਸੰਗਤਾਂ ਨੇ ਮਿਲ ਕਰਕੇ ਕਾਮਨਾ ਜੁਰੀ ਚ ਗੁਰਮੁਖ ਦੇ ਦੁਆਰ ਸਜਾਏ ਸਜੇ ਦੁਆਰ ਚਰਾਹੀ ਕਰਨ ਦੀ ਕੀਰਤਨ ਗੁਰਮੁਖ ਵਿਚਾਰਾ ਨਾਮ ਸਾਹਿਬ ਦੇ ਜਾਪ ਹੋਏ ਉਹਨਾਂ ਕੁਲਾਂ ਦਰਤੀਆਂ ਤੋਂ ਮਾਫੀ ਬਖਸ਼ਣਾ ਜੀ ਅੱਗੇ ਵਾਸਤੇ ਸਾਕਸ਼ੀ ਨੇ ਕ੍ਰਿਸ਼ਨ ਬਾਣੀ ਦਾ ਭਾਵ ਸਿਮੂ ਪੁਰਾਰ ਸੰਗਤਾਂ ਦੇ ਹਿਰਦੈ ਦਰਸਾਉਣਾ ਪਿਛਲੀ ਨੂੰ ਸਦੀਪ ਕਾਲ ਆਪਣੇ ਚਰਨ ਕਰਨਾ ਚਨਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸੰਬੰਧੀਆਂ ਨੂੰ ਰਜਾਨ ਦਾ ਰਾਜੀ ਕਰਨ ਦਾ ਬਖਸ਼ਣਾ ਦੁੱਖਾਂ ਤੇ ਸੰਦਾਸ ਕਰਕੇ ਸੁੱਖਾਂ ਦਾ ਪ੍ਰਕਾਸ਼ ਸੇਵਾ ਸੰਬੰਧੀਆਂ ਰਾਤਾਂ ਬਖਸ਼ ਕਰਨੀਆਂ ਪਰਿਵਾਰ ਅਤੇ ਸੰਗਤਾਂ ਵੱਲੋਂ ਕੀਤਾ ਹੋਇਆ ਤੇ ਰੁਪਏ ਦਾ ਅਰਥ ਪ੍ਰਵਾਨ ਕਰਨਾ ਸਭਨਾਂ ਦੇ ਪਰਿਵਾਰਾਂ ਸੁੱਖ ਸ਼ਾਂਤੀ ਸਾਰੇ ਸੇਵਕਾਂ ਵੱਲੋਂ ਕੜਾ ਪ੍ਰਸ਼ਾਦ ਦੇ ਗੁਰੂ ਦਾ ਲੰਗਰ ਹਾਜ਼ਰ ਹੈ ਦਰ ਪ੍ਰਵਾਨ ਲਈ ਪੁਰਾਣਾ ਕੜਾ ਪ੍ਰਸ਼ਾਦ ਦੇ ਗੁਰੂ ਦਾ ਲੰਗਰ ਸਿੰਘ ਸੰਗਤ ਵਰਤਾਉਣ ਲਈ ਆ ਗਿਆ ਹੋਵੇ ਕਰੋ ਕਿਰਪਾ ਪਾਵਨ ਗੁਰਨਾਮਾ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਿਰਦਾਰਤ ਕਰੋ ਜੀ ਸ੍ਰੀ ਗੁਰੂ ਪਿਆਰੇ ਮੇਰੇ ਜਿਹਨਾਂ ਦੀ ਮਿਲਿਆ ਤੇਰਾ ਨਾਮ ਸਿੱਖਿਆ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਕਹੀਆ ਕਾਲ ਕੀ ਸਭ ਸੁਖਨ ਕੋ ਹੁਕਮ ਹੈ ਆਪਣਾ ਗੁਣ ਨਾਮ
वाहेगुरु जी का खालसा वाहेगुरु जी की फतेह।